ਸੜਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਇਸ ਗੱਡੀ ਦਾ ਹਸ਼ਰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ। ਦੱਸਿਆ ਜਾ ਰਿਹਾ ਕਿ ਬੜੀ ਤੇਜ਼ ਰਫ਼ਤਾਰ ਦੇ ਵਿੱਚ ਇਹ ਕਾਰ ਆ ਰਹੀ ਸੀ ਜੋ ਅਚਾਨਕ ਪੁਲੀ ਦੇ ਨਾਲ ਟਕਰਾ ਗਈ। ਇੰਨੀ ਜ਼ੋਰਦਾਰ ਟੱਕਰ ਹੋਈ ਕਿ ਕਾਰ ਦੇ ਪਰਖੱਚੇ ਉੱਡ ਗਏ, ਚਕਨਾ ਚੂਰ ਹੋ ਗਈ ਹੈ ਕਾਰ, ਅਤੇ ਇਸ ਵਿੱਚ ਸਵਾਰ ਦੋ ਨੌਜਵਾਨਾਂ ਦੀ ਥਾਂ ਹੀ ਜਾਨ ਨਿਕਲ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਵੀ ਨੀਂਦ ਖੁੱਲ ਗਈ ਜਦੋਂ ਉਹਨਾਂ ਨੂੰ ਧਮਾਕੇ ਦੀ ਆਵਾਜ਼ ਆਈ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਭੁਚਾਲ ਜਾਂ ਝੱਖੜ ਆਇਆ ਜਿਸ ਕਰਕੇ ਇੰਨਾ ਖੜਾਕ ਹੋਇਆ। ਜਦੋਂ ਬਾਹਰ ਨਿਕਲ ਕੇ ਦੇਖਦੇ ਨੇ ਤਾਂ ਗੱਡੀ ਪਲਟੀ ਹੋਈ ਸੜਕ 'ਤੇ ਪਈ ਸੀ ਅਤੇ ਖੂਨ ਨਾਲ ਲੱਥਪੱਥ ਦੋ ਲਾਸ਼ਾਂ ਨੌਜਵਾਨਾਂ ਦੀਆਂ ਇਸ ਦੇ ਬਾਹਰ ਡਿੱਗੀਆਂ ਹੋਈਆਂ ਸਨ। ਲੋਕਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੜੀ ਤੇਜ਼ ਰਫ਼ਤਾਰ ਦੇ ਵਿੱਚ ਇਹ ਗੱਡੀ ਆਈ ਸੀ। ਥੋੜ੍ਹੀ ਦੇਰ ਲਈ ਤਾਂ ਉਹਨਾਂ ਨੂੰ ਵੀ ਲੱਗਿਆ ਜਿੱਦਾਂ ਤੇਜ਼ ਹਨੇਰੀ ਚੱਲ ਰਹੀ ਹੋਵੇ, ਕਿਉਂਕਿ ਕਾਰ ਓਵਰ ਸਪੀਡ ਦੱਸੀ ਜਾ ਰਹੀ ਸੀ ਜਿਸ ਕਰਕੇ ਸੰਤੁਲਨ ਵਿਗੜਿਆ ਅਤੇ ਇਹਨਾਂ ਨੌਜਵਾਨਾਂ ਦੀ ਕਾਰ ਸਿੱਧਾ ਪੁਲੀ ਦੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਹੋਈ ਕਿ ਕਾਰ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਗਈ, ਸੜਕ 'ਤੇ ਹੀ ਪਲਟ ਗਈ ਅਤੇ ਦੋਨਾਂ ਨੌਜਵਾਨਾਂ ਦੀ ਥਾਂ ਹੀ ਮੌਤ ਹੋ ਗਈ ਹੈ। ਦੋਵਾਂ ਪਰਿਵਾਰਾਂ ਦੇ ਵਿੱਚ ਸੱਥਰ ਵਿਛੇ ਹੋਏ ਨੇ। ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਦੀਆਂ ਨੇ ਜਿੱਥੇ ਇਹ ਸੜਕ ਹਾਦਸਾ ਵਾਪਰਿਆ ਹੈ। ਬੜੀ ਹੀ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਚਲਾ ਰਹੇ ਸਨ ਇਹ ਨੌਜਵਾਨ। ਇਸ ਕਦਰ ਤੇਜ਼ ਸੀ ਕਿ ਸੰਤੁਲਨ ਵਿਗੜਿਆ ਅਤੇ ਪੁਲੀ ਦੇ ਨਾਲ ਜਾ ਕੇ ਇਹ ਕਾਰ ਟਕਰਾ ਗਈ। ਟੱਕਰ ਵੀ ਇੰਨੀ ਜ਼ੋਰਦਾਰ ਹੋਈ ਕਿ ਕਾਰ ਦਾ ਕੁਛ ਵੀ ਨਹੀਂ ਬਚਿਆ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਕਾਰ ਦਾ ਹੀ ਹਸ਼ਰ ਦੇਖ ਲਓ ਕੀ ਹੋਇਆ, ਅਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੌਜਵਾਨਾਂ ਦੀ ਹਾਲਤ ਕਿਵੇਂ ਦੀ ਰਹੀ ਹੋਏਗੀ। ਥਾਂ ਹੀ ਦੋਨਾਂ ਦੀ ਜਾਨ ਨਿਕਲ ਗਈ ਹੈ। ਉਧਰ ਪੁਲਿਸ ਦੇ ਵੱਲੋਂ ਵੀ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਰਨ ਵਾਲਿਆਂ ਦੀ ਪਛਾਣ ਮਣੀ ਸਿੰਘ ਜੋ ਕਿ ਮਾਨਸਾ ਦਾ ਰਹਿਣ ਵਾਲਾ ਸੀ ਅਤੇ ਜੋਤੀ ਸਿੰਘ ਜੋ ਪਿੰਡ ਅਕਣਵਾਲੀ ਦਾ ਰਹਿਣ ਵਾਲਾ ਸੀ, ਦੋਨਾਂ ਦੀ ਹੀ ਜਾਨ ਚਲੀ ਗਈ ਹੈ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ। ਆ ਕੇ ਬਰਾਡੇ ਕੋਲੋਂ ਪੂਰੀ ਸਪੀਡ 'ਤੇ ਆ ਰਹੀ ਸੀ, ਕਬੀ ਕਈ ਪੱਟੇ ਫਿਰ ਨਾ ਮੁੜ ਕੇ ਮਤਲਬ ਜਦੋਂ ਮੇਰੇ 'ਤੇ ਅੰਦਰ ਜੜੇ ਨੂੜੇ ਵੱਜੇ ਤਿਲਕ ਜਿਹੀ ਹੋਇਆ, ਮੈਂ ਪਤਾ ਨਹੀਂ ਕੀ ਹਨੇਰੀ ਨੂਰੀ ਜੀ ਆ ਗਈ ਜਾਂ ਕੁਛ ਆ ਗਿਆ, ਐਵੇਂ ਤੈਨੂੰ ਝੂਠ ਮਾਰੇ, ਮੈਂ ਵੀ ਹਾਲ ਗਿਆ, ਲੱਤਾਂ ਨੇ ਮੇਰੇ ਪਾਸ ਕਰਦੀ ਉਹਦੀ, ਅਤੇ ਫਿਰ ਭਾਈ ਇੱਥੇ ਮੂਧੀ ਪਈ ਜਦੋਂ ਮੈਂ ਉੱਠਿਆ। ਇਹਨੇ ਭਾਈ ਭਜਾਈ ਭਾਈ ਇਹ ਵੀ ਨਿਕਲੇ, ਫਿਰ ਅਸੀਂ ਰੌਲਾ ਜਿਹਾ ਪਾਤਾ ਉਹਨਾਂ ਨੇ, ਫਿਰ ਸਾਰੇ ਮੁੰਡੇ ਕੋਲ। ਕਿੰਨੇ ਮੁੰਡੇ ਸੀ ਇਹਦੇ ਵਿਚੜੇ ਸੀਗੇ? ਦੋ ਤੇ ਬਾਬਾ ਭਾਰੀ ਜੀ ਮੁੰਡੇ, ਆਹ ਬਾਬੇ ਨੇ ਕਢਾਈ ਨੇ ਪੁੱਛਿਆ ਬਾਬੇ। ਫਿਰ ਤੂਤ ਵੱਜੀ ਆ, ਫਿਰ ਘਰ ਦੇ ਵਿੱਚ ਵੱਜੀ ਆ। ਜਦੋਂ ਨੂੰ ਅਸੀਂ ਆਏ ਇਹਨਾਂ ਨੂੰ ਕੱਢਣ ਵਾਸਤੇ, ਉਦੋਂ ਦੋਨੇ ਮੁੰਡੇ ਖਤਮ ਸੀ। ਕਿੰਨੀ ਉਮਰ ਸੀ ਮੁੰਡੇ? ਮੇਰਾ ਖਿਆਲ ਹੈ 30 ਸਾਲ ਦੇ ਲਗਭਗ ਹੋਊਗੀ।